ਸੀ ਆ, ਫੋਨ ਬੰਦ ਕਰਨਾ ਪੈਣਾ ਤੁਹਾਨੂੰ ਤੇ ਇਹੀ ਹੁਣ ਤਲਵਾਰ ਕੱਢਣੀ ਪੈਣੀ ਆ, ਤਿਆਰ ਹੋਣਾ ਪੈਣਾ ਮੇਰੇ ਵੀਰ ਵਿਆਹ ਕਰਨੀ ਕਰਦੇ ਹੋਣੇ ਤਾਂ ਨਾ ਸਹੀ ਆ। ਇਹ ਕਰੇ ਛਲਾਂਗ ਲਗਾ ਦੋ, ਇਹ ਬੋਲ ਰਹੇ ਛਲਾਂਗ ਲਗਾ ਦੋ, ਕੌਣ ਬੋਲ ਰਿਹਾ ਤੁਸੀਂ ਜੀ? ਆ ਦੇਖੋ ਕੌਣ ਜ਼ਿੰਮੇਦਾਰ ਆ ਸਾਡੇ ਵਿੱਚ, ਜੇ ਆਪਾਂ ਬਾਤ ਕਰਾਂਗੇ ਆਦੇ ਘੰਟੇ ਬਾਅਦ ਰੁਕਦੇ ਹੋਗੇ, ਜੇ ਜ਼ਬਰਦਸਤੀ ਕਰੋਗੇ ਤਾਂ ਛਲਾਂਗ ਲਗਾ ਦੇਗੇ, ਪਹਿਲੇ ਬੋਲ ਦਿੱਤੇ ਹਾਂ। ਆ ਦੇਖੋ ਥੱਲੇ ਅਫਸਰ ਸਾਰੇ ਖੜੇ ਹੋਏ ਨੇ, ਉਹ ਮੈਡਮ ਆ ਨਾ ਜਿਹੜੀ ਉਹ ਬੜੀ ਟੱਪ ਰਹੀ ਆ, ਦੇਖ ਲਾ ਉਹਦੇ ਰੱਬ ਦਾ ਨਾਂ ਹੀ ਨਹੀਂ ਹੈਗਾ, ਕਹਿੰਦੀ ਛਾਲ ਮਾਰ ਥੱਲੇ ਚੜੇ ਹੋਏ ਆ, ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਡਾ ਤੋੜ ਦਿੱਤਾ ਗਿਆ, ਅਸੀਂ ਮਰਾਂਗੇ ਜਾਂ ਮਾਰਾਂਗੇ। ਪਾਣੀ ਪੜੋ ਤੁਸੀਂ, ਪਾਣੀ ਪੜੀ ਜਾਓ ਬਾਬਾ ਜੀ, ਪਾਣੀ ਤਾਂ ਤਿਆਰ ਪਰ ਤਿਆਰ ਹੋਏ ਨੇ, ਇਹਨਾਂ ਬਾਬਾ ਜੀ ਨੂੰ ਬਸ ਹੁਕਮ ਹੀ ਕਰਨਾ ਅਸੀਂ। ਮੋਰਚਾ ਅਸੀਂ ਲਾਤਾ, ਦੁਨੀਆਂ ਦੇਖ ਰਹੀ ਆ ਸਾਰੀ, ਆਹ ਦੇਖੋ ਉਹ ਉੜੀਸਾ ਬਾਬਾ ਤੇਜਾ ਸਿੰਘ ਜੀ ਪਾਠ ਕਰ ਰਹੇ ਨੇ, ਹੁਣ ਸਾਨੂੰ ਥਾਣੇ ਵੀ ਲਿਜਾਣਗੇ, ਸਾਨੂੰ ਸਾਰਾ ਕੁਝ ਕਰਨਗੇ, ਤੁਸੀਂ ਬੇਚਿੰਤ ਹੋ ਜਾਓ ਤੇ ਸਾਨੂੰ ਇੰਨਾ ਵੀ ਮਾੜਾ ਮੋਟਾ ਦੇਖਿਓ ਵੀ, ਕਿਉਂਕਿ ਇੱਥੇ ਵੱਧ ਟੁੱਕ ਹੁਣ ਹੋਣੀ ਆ ਪੂਰੀ, ਮਰਾਂਗੇ ਤਾਂ ਮਾਰਾਂਗੇ। ਮਿੰਟ 10 ਰਹਿ ਗਏ ਨੇ, ਪੌੜੀ ਉਹਨਾਂ ਨੇ ਲੈ ਆਉਂਦੀ ਆ, ਤੇ ਇੱਧਰਲੇ ਬੰਨੇ ਵੀ ਮਿਲਟਰੀ ਬੁਲਾ ਲਈ ਆ ਤੇ ਉਧਰੋਂ ਵੀ ਕਮਾਂਡੋ ਵੀ ਬੁਲਾ ਲਈ ਆ, ਸਾਰੇ ਬੁਲਾ ਲਏ ਉਹਨਾਂ ਨੇ। ਇਹ ਤਸਵੀਰਾਂ ਨੇ ਉੜੀਸਾ ਦੇ ਜਗਨਨਾਥਪੁਰੀ ਮੰਦਿਰ ਦੇ ਨੇੜੇ ਪੈਂਦੇ ਗੁਰਦੁਆਰਾ ਮੰਗੂ ਮੱਠ ਸਾਹਿਬ ਦੀਆਂ, ਜਿਸ ਨੂੰ ਲੰਘੇ ਦਸੰਬਰ ਦੌਰਾਨ ਉੜੀਸਾ ਸਰਕਾਰ ਨੇ ਢਾ ਦਿੱਤਾ ਸੀ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਮੌਕੇ ਇੱਥੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਪੰਜ ਸਿੰਘਾਂ ਦੀ ਇਹ ਟੋਲੀ ਇੱਥੇ ਗੁਰਦੁਆਰਾ ਸਾਹਿਬ ਦੀ ਟੁੱਟੀ ਹੋਈ ਇਮਾਰਤ 'ਤੇ ਨਾ ਸਿਰਫ ਨਿਸ਼ਾਨ ਸਾਹਿਬ ਚੜ੍ਹਾਉਣ ਆਈ ਹੈ, ਬਲਕਿ ਇਹਨਾਂ ਲੋਕਾਂ ਨੇ ਇੱਥੇ ਬੈਠ ਕੇ ਪਾਠ ਵੀ ਕੀਤਾ। ਪਰ ਦੁੱਖ ਦੀ ਗੱਲ ਇਹ ਹੈ ਕਿ 34 ਸਟੇਟ ਦੀ ਪੁਲਿਸ ਅਤੇ ਉੜੀਸਾ ਸਰਕਾਰ ਦੇ ਅਧਿਕਾਰੀਆਂ ਨੂੰ ਸਿੱਖਾਂ ਦੀਆਂ ਇਹਨਾਂ ਧਾਰਮਿਕ ਭਾਵਨਾਵਾਂ ਤੋਂ ਕੁਝ ਲੈਣਾ ਦੇਣਾ ਨਹੀਂ, ਕਿਉਂਕਿ ਇਹਨਾਂ ਲੋਕਾਂ ਨੂੰ ਸਿੱਖੀ ਰਿਵਾਜਾਂ ਅਤੇ ਸਿੱਖ ਧਰਮ ਦੀ ਕੋਈ ਸਮਝ ਨਹੀਂ ਹੈ। ਅੱਗੇ ਕੀ ਹੋਇਆ, ਇਹਨਾਂ ਸਿੰਘਾਂ ਦਾ ਕੀ ਬਣਿਆ ਅਤੇ ਇਹਨਾਂ ਸਿੰਘਾਂ ਨੇ ਇੱਥੋਂ ਦੀ ਸਰਕਾਰ ਨੂੰ ਕੀ ਸੁਨੇਹਾ ਦਿੱਤਾ ਹੈ, ਆ ਤੁਸੀਂ ਵੀ ਦੇਖੋ ਇਹਨਾਂ ਲਾਈਵ ਤਸਵੀਰਾਂ ਰਾਹੀਂ। SP ਆਇਆ ਆ, ਹੋਰ ਕੋਈ ਅਫਸਰ ਕਿੰਨੇ ਹੀ ਆਏ ਗਏ ਨੇ ਥੱਲੇ, ਅਤੇ ਉਹ ਜਬਰ ਜੰਗ ਨੂੰ ਥੱਲੇ ਉਹਨਾਂ ਨੇ ਬੁਲਾਇਆ, ਕਹਿੰਦੇ ਵੀ ਸ਼ਾਂਤਮਈ ਦੇ ਨਾਲ ਸਾਡੇ ਨਾਲ ਗੱਲ ਕਰ ਲਓ, ਅਸੀਂ ਤੁਹਾਡਾ ਨਿਸ਼ਾਨ ਸਾਹਿਬ ਨਹੀਂ ਧੋਂਦੇ, ਅਸੀਂ ਕੁਛ ਨਹੀਂ ਕਰਦੇ, ਵੀ ਤੁਸੀਂ ਜੋ ਕਰਨਾ ਕਰ ਲਓ, ਮੇਰੇ ਵੀਰ ਦਬਾ ਦਬ ਜੁੜ ਪਓ। ਦੇਖੋ ਥੱਲੇ ਬਹੁਤ ਕਰੋੜਾਂ ਦੇ ਹਿਸਾਬ ਨਾਲ ਸੰਗਤ ਇਕੱਠੀ ਹੋਈ ਪਈ ਆ, ਅਤੇ ਸਾਡਾ ਸਿੰਘ ਇੱਕ ਜਾ ਰਿਹਾ ਥੱਲੇ, ਅਤੇ ਦੱਸ ਨਹੀਂ ਦੂੰਗਾ, ਕੈਪਟਨ ਸਾਹਿਬ ਦੇਖ ਰਹੇ ਨੇ ਸਾਡੇ ਬਾਬਾ, ਉਹਦੇ ਕੋਲ ਥੱਲੇ ਅਫਸਰਾਂ ਨੇ ਬੁਲਾ ਲਿਆ, ਜਬਰ ਜੰਗ ਨੂੰ ਉਹ ਥੱਲੇ ਬੁਲਾ ਰਹੇ ਨੇ, ਅਤੇ ਗੱਲ ਕਰਨ ਨੂੰ ਆਪ ਅਫਸਰ ਜਿਹੜਾ ਕੋਈ ਅਫਸਰ ਆਇਆ, DIG ਪਤਾ ਨਹੀਂ ਕੀ ਨਾਮ ਉਹਨਾਂ ਦਾ ਅਫਸਰ ਆ ਕੋਈ, ਉਹ ਆਇਆ ਹੋਇਆ ਆ, ਉਹ ਆਇਆ ਹੋਇਆ, ਅਤੇ ਉਹ ਪ੍ਰੈਸ ਰਿਪੋਰਟਰ ਵੀ ਥੱਲੇ, ਮੂਵੀਆਂ ਵੀ ਬਣ ਰਹੀਆਂ ਨੇ, ਅਤੇ ਬਹੁਤ ਤਕੜਾ ਮੋਰਚਾ ਲੱਗਿਆ ਹੋਇਆ, ਤੁਸੀਂ ਮਾੜਾ ਜਿਹਾ ਦੇਖੋ ਮੇਰੇ ਵੀਰ ਯਾਰ, ਸੋਰੀ ਲਾਈਫ ਟੁੱਟ ਗਿਆ ਸੀ, ਨਹੀਂ ਦੇਖੋ ਮਾੜਾ ਜਿਹਾ, ਅਤੇ ਸਿੰਘ ਕਿਉਂਕਿ ਮੰਨਣੀ ਪੈਂਦੀ ਆ, ਉਹ ਆਏ ਹੋਏ ਸੀਗੇ ਥੱਲੇ, ਹੁਣ ਮੀਡੀਆ ਵਾਲੇ ਆਏ ਆ, ਮੇਰਾ ਵੀਰ ਮੀਡੀਆ ਵਾਲਿਆਂ ਨੂੰ ਇੰਟਰਵਿਊ ਦੇ ਰਿਹਾ, ਆਪਣੀ ਇੰਟਰਵਿਊ ਦੇ ਰਿਹਾ ਮੀਡੀਆ ਵਾਲਿਆਂ ਨੂੰ, ਆਪਣੀ ਇੰਟਰਵਿਊ ਦੇ ਰਿਹਾ ਮੇਰਾ ਵੀਰ, ਉਹ ਦੇਖੋ ਮੇਰੇ ਵੀਰ ਨਾਲ ਕੋਈ ਗੱਲਬਾਤ ਹੋ ਗਈ ਤੇ ਮੈਂ ਇੱਥੋਂ ਦੀ ਸ਼ਾਲ, ਉਹਨੂੰ ਮੇਰਾ ਵੀਰ ਇੰਟਰਵਿਊ ਦੇ ਰਿਹਾ, ਉਹ ਮੀਡੀਆ ਵਾਲੇ ਆਏ ਹੋਏ ਆ ਥੱਲੇ, ਬਹੁਤ ਤਕੜਾ ਮਹਾਰਾਜ ਦੀ ਕਿਰਪਾ ਦੇ ਨਾਲ ਮੇਰੇ ਵੀਰ ਯਾਰ, ਪੰਜਾਬੀ ਵੀਰੋ ਤੁਹਾਡਾ ਕਿੱਥੇ ਤੱਕ, ਮੈਂ ਕੈਨੇਡਾ ਅਮਰੀਕਾ ਤੱਕ ਤੁਹਾਡੀ ਗੱਲਬਾਤ ਚੱਲਦੀ ਆ, ਕੋਈ ਯਾਰ ਇੱਥੇ ਪ੍ਰੈਸ ਰਿਪੋਰਟਰ ਭੇਜੋ ਪੰਜਾਬ ਦਾ ਆਪਣੇ ਦਾ, ਇਹਨਾਂ ਨੂੰ ਤਾਂ ਭਾਸ਼ਾ ਹੀ ਨਹੀਂ ਸਮਝ ਆਉਂਦੀ ਯਾਰ, ਯਾਰ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਯਾਰ, ਕੋਈ ਸ਼ਰਮ ਕਰੋ ਮੇਰੇ ਸਿੱਖੋ ਵੀਰੋ, ਪੰਜਾਬ ਭੈਣ 'ਚੋਂ ਨਸ਼ਿਆਂ ਨੇ ਰੋਲਤਾ, ਭੈਣ 'ਚੋਂ ਪਾਣੀ ਬਣ ਗਿਆ ਸਾਡੇ ਸਿੱਖਾਂ ਦੇ ਖੂਨ ਦਾ, ਓਏ ਉਹ ਬਾਬਾ ਕੀ ਕਰੀਏ, ਉਹ ਭੇਜੋ, ਨਹੀਂ 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 ਇੱਥੇ ਹੀ ਗੱਲ ਕਰਨੀ, ਇੱਥੇ ਹੀ।
ਦੇਖੋ ਸਾਡੇ ਸਿੰਘ ਨੂੰ ਕਹਿੰਦੇ ਦਫ਼ਤਰ ਲੈ ਕੇ ਚਲਾਂਗੇ। ਬਾਬਾ ਜੀ ਦਫ਼ਤਰ ਨਹੀਂ ਜਾਣਾ, ਉਹ ਦੇਖੋ ਉੱਥੇ ਤਾਂ ਕੋਈ ਥੱਲੇ ਰੋਲਾ ਪਿਆ। ਉਹ ਮੇਰੇ ਵੀਰ ਲਾਈਫ ਯਾਰ ਕਿਉਂ ਕਰਦੇ ਪਏ, ਦੁਬਾਰਾ ਅੱਗੇ ਸ਼ੇਅਰ ਕਰ ਦਿਓ ਵੀਡੀਓ ਯਾਰ, ਅੱਗੇ ਵੀਡੀਓ ਸ਼ੇਅਰ ਕਰ ਦਿਓ ਯਾਰ ਵੀਰ, ਅੱਗੇ ਵੀਡੀਓ ਸ਼ੇਅਰ ਕਰ ਦਿਓ ਯਾਰ। ਉਹ ਦੇਖੋ ਥੱਲੇ ਮੋਰਚਾ ਲਾਇਆ ਹੋਇਆ ਸੀ, ਆਹ ਦੇਖੋ ਨਿਸ਼ਾਨ ਸਾਹਿਬ ਥੱਲਿਓਂ ਕੱਢਿਆ ਸੀ। ਨਾਨਕ ਪਾਤਸ਼ਾਹ ਇਤਿਹਾਸਕ ਗੁਰਦੁਆਰਾ ਮਹਾਰਾਜ ਨੇ ਆਰਤੀ ਚਾਰਨ ਕੀਤੀ ਇੱਥੇ। ਹਾਂ ਉਹ ਕਹਿ ਰਿਹਾ, ਉਹ ਕਹਿੰਦਾ ਥੱਲੇ ਆਓ, ਉਹ ਆ ਤੋ ਗਿਆ। ਉਹ ਦੇਖੋ ਮੇਰੇ ਵੀਰ ਨੂੰ ਇੱਕ ਨੂੰ ਗੱਲ ਕਰਨ ਦੇ ਲਈ ਥੱਲੇ ਲੈ ਕੇ ਗਏ ਆ ਵੀ ਪੁੱਛੋ ਕੀ ਮੁੱਛੇ ਨਾ ਕੀ ਨਹੀਂ ਆ, ਅਤੇ ਉਹ ਪ੍ਰੈਸ ਰਿਪੋਰਟਰ ਆਏ ਆ, ਸਭ ਤੁਹਾਨੂੰ ਪਤਾ ਸਰਕਾਰ ਦੇ ਨੇ। ਥੱਲੇ ਪੰਜਾਬੀ ਕੋਈ ਹੋਵੇ ਨਾ ਆਪਣਾ ਨਿਊਜ਼ ਵਾਲਾ, ਉਹ ਇਹੀ ਨਿਊਜ਼ ਅੱਗੇ ਪਹੁੰਚਾ ਦੇਵੇ ਅਤੇ ਬਹੁਤ ਵਧੀਆ ਗੱਲ ਹੋ ਜੂਗੀ, ਕਿਉਂਕਿ ਉਹ ਮੌਕੇ ਦਾ ਕੋਈ ਜਿੱਦਾਂ ਵੱਡਾ ਅਫਸਰ ਹੁੰਦਾ ਉਹ ਆਇਆ ਆ। ਯਾਰ ਅਸੀਂ ਨਿਹੰਗ ਸਿੰਘ ਲੋਕ ਹਾਂ, ਸਾਨੂੰ ਇੰਨਾ ਪੜ੍ਹਾਈ ਲਿਖਾਈ ਦਾ ਨਹੀਂ ਪਤਾ, ਸਾਨੂੰ ਤਾਂ ਜੰਗਾਂ ਯੁੱਧਾਂ ਵਾਲੇ ਹਾਂ ਅਸੀਂ। ਉਹ ਵੱਡਾ ਕੋਈ ਕੀ ਕਹਿੰਦੇ ਇੱਥੇ ਦਾ ਉਹ ਮੰਤਰੀ ਦਾ ਕੋਈ ਆਇਆ, ਉਹ ਆਇਆ ਉਹ ਲੈ ਕੇ ਜਾ ਰਿਹਾ ਸਾਡੇ। ਹੋਰ ਉਹ ਦੇਖੋ ਇੱਥੇ ਰੋਕਿਆ ਹੋਇਆ, ਆਹ ਦੇਖੋ ਲੋਕ ਦੇਖੋ ਕਿੱਥੇ ਖੜੇ ਹੋਏ, ਥੱਲੇ ਕੀ ਕਰਦੇ ਨੇ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਥੱਲੇ। ਉਹ ਯਾਰ ਵੀਡੀਓ ਵਾਇਰਲ ਕਰ ਦਿਓ ਯਾਰ, ਅਸੀਂ ਮੋਰਚਾ ਲਾਇਆ ਹੋਇਆ, ਵੀਡੀਓ ਵਾਇਰਲ ਕਰ ਦਿਓ। ਥੱਲੇ ਦੇਖੋ ਕਿੰਨੇ ਲੋਕ ਖੜੇ ਹੋਏ ਆ, ਅਸੀਂ ਨਿਸ਼ਾਨ ਸਾਹਿਬ ਇੱਥੇ ਕਰ ਦਿੱਤਾ ਹੋਇਆ ਯਾਰ। ਮੇਰੇ ਵੀਰ ਵੀਡੀਓ ਵਾਇਰਲ ਕਰ ਦਿਓ। ਹਾਂ ਬਾਈ ਵੀਡੀਓ ਵਾਇਰਲ ਕਰਦੇ ਉੜੀਸਾ ਵਾਲਿਆ। ਉਹ ਦੇਖੋ ਲਾ ਤਾ ਉਹਨਾਂ ਨੇ, ਮੈਂ ਕਿਹਾ ਮੈਂ ਛਾਲ ਮਾਰ ਦੂੰਗਾ ਥੱਲੇ, ਉਹ ਕਹਿੰਦੇ ਜਾ ਬਾਬਾ ਉੱਤੇ ਜਾ। ਜਿੱਤ ਹੋਈ ਆ ਸਿੰਘਾਂ ਦੀ ਮਹਾਰਾਜ, ਕਿੰਨਾ ਦੇ ਪਾਤਸ਼ਾਹ ਦੇ ਜਿੱਤ ਕਰਾ ਰਿਹਾ ਸਿੰਘਾਂ ਦੀ। ਵਾਹ ਵੀ ਵਾਹ, ਕੀ ਬਾਤ ਹੈ, ਅੱਗੇ ਜਿੱਤੇ ਅੜ ਜਿਹੜੇ ਮੈਂ ਤੁਹਾਨੂੰ ਪਤਾ ਹੀ ਆ ਕੈਸੀ ਲੋਕੇਸ਼ਨ ਆ ਉਹਨਾਂ ਦੇ, ਕਹਿੰਦੇ ਮੈਂ ਕਿਹਾ ਛਾਲ ਵੱਜੂ ਥੱਲੇ। ਉਹ ਸਾਡਾ ਇੱਕ ਨਿਹੰਗ ਸਿੰਘ ਵਿੱਚ ਖੜਾ ਹੋਇਆ, ਉਹ ਦੇਖੋ ਉਹਨੂੰ ਸਾਈਡ ਤੇ ਰਿਲੈਕਸ ਬਜ਼ੁਰਗ, ਦੇਖੋ ਆਹ ਕਮਾਂਡਰ ਖੜਾ ਹੋਇਆ, ਉਹਨੂੰ ਪੂਰਾ ਕੋਈ ਹੱਥ ਪਾਲੂਗਾ। ਉਹ ਦੇਖੋ ਜਬਰ ਜੰਗ ਉੱਤੇ ਆ, ਪਾਣੀ ਚੱਲ ਰਹੀ ਆ, ਮੋਰਚਾ ਲੱਗਿਆ ਹੋਇਆ ਆ, ਵੀਡੀਓ ਵਾਇਰਲ ਕਰ ਦੋ। ਮੇਰੇ ਮੁਸਲਮਾਨ ਵੀਰ ਜਿਹੜੇ ਨੇ ਨਾ ਮੇਰੇ ਸੱਜਣ ਜਿਹਨਾਂ ਪਿੱਛੇ ਅਸੀਂ ਉੱਥੇ ਮੋਰਚਾ ਲਾਇਆ ਸੀਗਾ, ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਕਰੋੜ ਕਰੋੜ ਤੋਂ ਉੱਤੇ ਵੀਡੀਓ ਟੱਪੀਆਂ ਸੀਗੀਆਂ, ਤੇ ਉਹ ਮੇਰੇ ਵੀਰ ਅੱਗੇ ਵੀਡੀਓ ਵਾਇਰਲ ਕਰਨ, ਹੋਰ ਨਹੀਂ ਅਸੀਂ ਤੁਹਾਡੇ ਤੋਂ ਕੁਝ ਮੰਗਦੇ, ਹੋਰ ਨਹੀਂ ਅਸੀਂ ਤੁਹਾਡੇ ਤੋਂ ਕੁਝ ਮੰਗਦੇ, ਤੇ ਮੇਰੇ ਵੀਰ ਵੀਡੀਓ ਵਾਇਰਲ ਕਰ ਦੇਣ। ਹਾਂ ਯਾਰ ਖੜਾ ਆ, ਮੇਰੇ ਵੀਰ ਵੀਡੀਓ ਵਾਇਰਲ ਕਰ ਦੇਣ। ਆਹ ਦੇਖੋ ਪਟੀਸ਼ਨ ਤੁਹਾਨੂੰ ਦਿਖਾਉਣਾ ਵੀ ਉੱਤੇ ਦੀ ਪਟੀਸ਼ਨ ਕੀ ਆ। ਹਾਂ ਦੇਖੋ ਆਹ ਫੌਜ ਖੜੀ ਆ ਤਿਆਰ ਪਰਤਿਆ, ਆਹ ਖੜਾ ਮੈਂ ਉੱਤੇ ਆ, ਕਰੋੜਾਂ ਲੋਕ ਨੇ ਥੱਲੇ ਖੜੇ, ਦੇਖੋ ਥੱਲੇ ਖੜਾ ਮੇਲਾ ਲੱਗਿਆ ਹੋਇਆ ਦੇਖੋ।
ਉਹ ਲੈ ਕੇ ਜਾ ਰਹੇ ਨੇ, ਉਹਦੀ ਵੀਡੀਓ, ਉਹਦੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਕਿਹਾ ਵੀ ਛਾਲ ਮਾਰਾਂਗੇ, ਉਤਰਦੇ ਨੀ ਹੁਣ ਅਸੀਂ ਸਿੰਘ ਤਿੰਨ ਆ। ਹੁਣ ਅਗਲਾ ਕਹਿੰਦਾ ਗੱਲ ਤਾਂ ਕਰੋ ਸਾਡੇ ਨਾਲ, ਹੁਣ ਗੱਲ ਕਰਨ ਚੱਲੇ ਆ ਵੀ ਅਸੀਂ ਡਰਦੇ ਵੀ ਕਿਸੇ ਨਹੀਂ ਆ ਕਿਉਂਕਿ ਸਿੰਘ ਹੈ ਅਸੀਂ। ਉਹਨਾਂ ਨੇ ਆ ਕੇ ਬੇਨਤੀ ਕੀਤੀ ਆ, ਕਹਿੰਦੇ ਵੀ ਸਾਡੇ ਨਾਲ ਗੱਲ ਤਾਂ ਕਰੋ। ਇਹ ਗੱਲ ਕਰ ਲੈਣੀ ਕੋਈ ਗੱਲ ਨਹੀਂ। ਉਹ ਦੇਖੋ ਉਹ ਸਾਨੂੰ, ਉਹ ਸਾਡੇ ਸਿੰਘ ਨੂੰ ਲੈ ਕੇ ਜਾ ਰਹੇ ਨੇ, ਦੇਖਦੇ ਵੀ ਤੁਹਾਨੂੰ ਜੂਮ ਕਰਕੇ। ਉਹ ਪਤਾ ਨਹੀਂ ਕੀ ਕਰਨੀ ਗੱਲ ਉਹਨਾਂ ਨੇ, ਕੀ ਨਹੀਂ ਕਰਨੀ। ਚਲੋ ਕੋਈ ਨਹੀਂ, ਫਿਰ ਦੇਖਿਆ ਜਾ ਜੋ ਹੋਊਗਾ। ਦੇਖੋ ਥੱਲੇ ਟ੍ਰੈਫਿਕ ਕੈਸੇ ਜਾਮ ਲੱਗ ਗਏ ਨੇ, ਦੇਖੋ ਆਹ ਦੇਖੋ ਮੋਰਚਾ ਕੈਸਾ ਫਿੱਟ ਹੋ ਗਿਆ। ਸਾਰੀ ਪੁਲਿਸ ਇੱਥੇ ਆ ਗਈ ਨਾ, ਸਾਰੇ ਇੱਧਰੋਂ ਆਲੇ ਦੁਆਲੇ ਇਹਨਾਂ ਨੇ ਸਭ ਇਕੱਠੇ ਕਰ ਲਏ, ਸਾਰੀ ਪੁਲਿਸ ਇਹਨਾਂ ਨੇ ਇੱਥੇ ਬੁਲਾ ਲਈ ਹੈ। ਆਹ ਜਿੰਨੇ ਮੰਦਰਾਂ ਵਾਲੀ ਇੱਧਰੋਂ ਉੱਧਰੋਂ ਉਹ ਮੰਦਰ ਨੂੰ ਮੱਥਾ ਟੇਕਣ ਬਹੁਤ ਰਸ਼ ਹੁੰਦਾ, ਉਹ ਸਾਰੀ ਪੁਲਿਸ ਇੱਧਰ ਵਾਲੀ ਜਿੱਧਰ ਰਸ਼ ਲੱਗ ਗਏ, ਮੋਰਚਾ ਫਿੱਟ ਕੀਤਾ ਹੋਇਆ ਸਿੰਘਾਂ ਨੇ। ਵਾਹਿਗੁਰੂ 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 ਮੀਡੀਆ ਵਾਲੇ ਆਕਾਸ਼ ਵੀ ਕੀਤਾ ਈਰੀਸ ਨਾਨਕ ਨਦਰੀ ਪਈਏ ਕੁੜੀ ਕੁੜੇ ਠੀਸ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਚੁੱਕੀ ਸੁੱਟੇ ਸੰਸਾਰ ਜਿਸ ਜੁਰਗਰ ਵੇਖੇ ਸੋਈ ਨਾਨਕ ਉੱਤਮ ਨਿਚ ਨਾ ਕੋਈ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਜੀਵਨ ਮਰਨ ਜੋ ਜੋਰ ਨਾ ਰਾਜ ਮਾਨਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਚੁੱਕੀ ਸੁੱਟੇ ਸੰਸਾਰ ਜਿਸ ਜੋਗਰ ਵੇਖੇ ਸੋਈ ਨਾਨਕ ਉੱਤਮ ਨਿਚ ਨਾ ਕੋਈ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਜੁਗਤ ਪੈ ਰੰਗ ਦਿਨ ਕੇ ਨਾਮ ਨੇ ਗਣਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਤੇ ਸੋਹਣ ਬੱਚੇ ਪ੍ਰਵਾਨ ਜੀ ਕਰੋ ਪਵੇ ਨਿਸ਼ਾਨ ਰਾਜ ਲਗਾਏ ਉੱਥੇ ਬਾਈ ਨਾਨਕ ਜੇ ਜਾਪੇ ਜਾਏ ਧਰਮ ਖੰਡ। ਮੋਰਚਾ ਫਿੱਟ ਕੀਤਾ ਹੋਇਆ, ਐਸਪੀ ਥੱਲੇ ਖੜਾ ਆ ਤੇ ਜਿਹੜਾ ਇੱਥੇ ਦਾ ਕੋਈ ਮੰਤਰੀ ਮੁੰਤਰੀ ਆ ਉਹ ਉਹਨਾਂ ਨੂੰ ਸਿੰਘ ਸਾਡੇ ਨੂੰ ਲੈ ਕੇ ਗਿਆ ਹੋਇਆ ਗੱਲਬਾਤ ਕਰਨ ਨੂੰ। ਬੜੇ ਅਫਸਰ ਖੜੇ ਹੋਏ ਬਹੁਤ ਉੱਚਾ ਖੜੇ ਹੋਏ ਚੱਲੇ, ਉਹਨਾਂ ਨੇ ਆਪਣੀ ਪੌੜੀ ਲਾਈ ਹੈ, ਇੱਕ ਪੌੜੀ ਅਸੀਂ ਆਹ ਲੈ ਆਏ ਸੀ ਉੱਤੇ ਚੱਕ ਲਈ ਸੀ। ਇਹ ਗੁਰੂ ਘਰ ਸਾਡਾ ਤੋੜ ਦਿੱਤਾ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸਕ ਸਥਾਨ ਆ। ਉਹ ਦੇਖੋ ਐਸ ਪੀ ਉਹ ਵੱਡਾ ਅਫਸਰ ਆਇਆ, ਉਹ ਗੱਡੀ ਦੇਖਦੀ ਵੀ ਤੁਹਾਨੂੰ ਉਹ ਦੂਰ ਖੜੀ ਹੋਈ ਉਹ ਗੱਡੀ ਦੇ ਨਾਲ, ਅਤੇ ਇਸ ਕਰਕੇ ਬਾਬਾ ਜੀ ਸਿੱਖਾਂ ਨੇ ਬਹੁਤ ਦੂਰ ਤੱਕ ਉਹ ਮੰਦਰ ਦੇ ਉੱਤੋਂ ਵੀ ਦੇਖਣ ਲੱਗ ਪਏ ਨੇ ਉਹ, ਅਤੇ ਕੈਸੀ ਇੱਥੇ ਦ੍ਰਿਸ਼ ਹੋਊਗਾ ਵੀ ਲੋਕ ਦੇਖ ਰਹੇ ਨੇ ਵੀ ਕਿਆ ਬਾਤ ਹੈ ਕਿਆ ਕਰ ਰਹੇ ਨੇ ਬਾਬੇ। ਮਹਾਰਾਜ ਪਾਤਸ਼ਾਹ ਸਾਡੇ ਨਾਲ ਆਏ, ਸਾਨੂੰ ਕਿਹੜੀ ਗੱਲ ਦੀ ਪਰਵਾਹ, ਕਿਸੇ ਵੀ ਥਾਣੇਦਾਰ ਨਾਲ ਬਣੀ ਹੋਵੇ ਨਾ ਗੱਲ ਨਹੀਂ ਕਿਸੇ ਨੂੰ ਕਰਨ ਦਿੰਦੀ, ਸਾਡੀ ਨਾਲੇ ਅਕਾਲ ਪੁਰਖ ਦਾ ਸਿੱਧੀ ਆ ਕਿਹੜਾ ਸਾਡੇ ਨਾਲ। ਇਸ ਕਰਕੇ ਸਾਡਾ ਮੋਰਚਾ ਜਿਹੜਾ ਲੱਗਿਆ ਨਾ ਇਹ ਮੋਰਚਾ ਹੀ ਨਹੀਂ ਖਤਮ ਹੋ ਰਿਹਾ। ਉਹ ਲੋਸਮੈਂਟ ਵਾਲੇ ਵੀ ਲੈ ਆਏ ਉਹ ਮੈਕ ਜਿਹਾ ਜਿਹੜਾ ਉਹ ਬੋਲਦੇ ਨਹੀਂ ਹੁੰਦੇ,
ਉਹ ਦੇਖੋ ਮੀਡੀਆ ਵਾਲਿਆਂ ਨੂੰ ਪਰੇ ਪਰੇ ਕਰੀ ਜਾਂਦੇ ਪਏ, ਉਹ ਮੀਡੀਆ ਵਾਲੇ ਵੀ ਆ ਗਏ। ਬਾਣੀ ਨੇ ਜਿਤਾਉਣਾ, ਸਾਡੇ ਕੋਲ ਬਾਣੀ ਆ। ਉਹ ਦੇਖੋ ਮੀਡੀਆ ਵਾਲੇ ਖੜੇ ਨੇ, ਮੀਡੀਆ ਵਾਲੇ ਖੜੇ ਨੇ। ਸੱਚਾਈ ਦਿਖਾਉਣਗੇ ਕਿ ਨਹੀਂ ਦਿਖਾਉਣਗੇ ਇਹ ਨਹੀਂ ਪਤਾ, ਬਾਕੀ ਹੈ ਮੀਡੀਆ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚਾ ਫਿੱਟ ਕੀਤਾ ਹੋਇਆ ਵੀ ਸਾਨੂੰ ਸਿੱਖ ਕਹਿੰਦੇ ਆ ਨਾ, ਫੇ ਕਹਿੰਦੇ ਵੀ ਸਿੱਖ ਸਿੰਘ ਇੱਦਾਂ ਹੁੰਦੇ ਆ। ਫੇ ਦਿੱਲੀ ਵੀ ਖੜੇ ਸੀ ਜਾ ਕੇ, ਅਸੀਂ ਮਹਾਰਾਜ ਕਹਿੰਦਾ ਆ ਵੀ ਕਿਤੇ ਵੀ ਜੁਰਮ ਨਾ, ਅਸੀਂ ਤਾਂ ਕਿਸੇ ਦਾ ਜੁਰਮ ਹੋਵੇ ਉੱਥੇ ਜਾ ਕੇ ਖੜੀ ਦਾ ਸਾਡਾ ਗੁਰਦੁਆਰਾ ਤੋੜ ਦਿੱਤਾ ਲੈ ਦੱਸ ਕੇ ਮਜ਼ਾਕ ਦੀ ਗੱਲ ਆ ਹੈਂ ਬਾਬਾ। ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਕੁਛ ਨਹੀਂ ਹੋਣਾ ਹੈਗਾ, ਜਦ ਤੱਕ ਤੁਸੀਂ ਸ਼ਸਤਰ ਵਸਤਰ ਦੀ ਨਾ ਖੇਡਣੀ ਨਾ ਕਰਦੇ ਹੋ ਉਦ ਤੱਕ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। ਚਮਤਕਾਰ ਨੂੰ ਨਮਸਕਾਰ ਆ, ਇੱਥੇ ਦੇਖ ਚਮਤਕਾਰ ਆ, ਆਹ ਖੜੇ ਆ, ਆ ਕੇ ਉੱਤੇ ਚੜ੍ਹੇ ਆ। 10 ਮੁਲਾਜ਼ਮ ਸੀ ਥੱਲੇ, ਗੱਡੀ ਖੜੀ ਸੀ ਉਹ ਪਰਲੇ ਬੰਨੇ, ਉਹ ਦੇਖੋ ਉਹ ਵੀ ਮੰਗਾ ਲਈ ਉਹਨਾਂ ਨੇ, ਐਂਬੂਲੈਂਸ ਵੀ ਮੰਗਾ ਲਈ ਆ। ਉਹ ਦੇਖੋ ਉਹ ਐਂਬੂਲੈਂਸ ਵੀ ਆ ਗਈ ਆ, ਕੋਈ ਜਿਹੜੀ ਪਤਾ ਨਹੀਂ ਕੀ ਉਹ ਪਾਣੀ ਵਾਲੀ ਹੁੰਦੀ ਆ, ਕੀ ਹੁੰਦਾ ਕੀ ਉਹਦਾ ਚੱਕਰ। ਇੱਕ ਉਹ ਖੜੀ ਆ, ਉਹ ਤੋਂ ਬਾਅਦ ਉਹ ਪਰਲੇ ਬੰਨੇ ਮੀਡੀਆ ਵਾਲਿਆਂ ਨੂੰ ਜਿਹਨਾਂ ਨੇ ਭਜਾ ਦਿੱਤਾ, ਉਹ ਮੀਡੀਆ ਵਾਲੇ ਵੀ ਖੜੇ ਹੋਏ ਆ। ਕੋਈ ਗੱਲ ਨਹੀਂ, ਉਹ ਅਫਸਰ, ਉਹ ਦੇਖੋ ਅਫਸਰ ਖੜੇ ਹੋਏ ਨੇ। ਉਹ ਦੇਖੋ ਅਨਾਮ ਹੈ, ਅਕਾਮ ਹੈ, ਅਦੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਪ੍ਰਮਾਣ ਹੈ, ਨਿਦਾਨ ਹੈ, ਤ੍ਰਿਵ੍ਰਗ ਹੈ, ਅਸਰਗ ਹੈ, ਅਨਿਲ ਹੈ, ਅਨਾਥ ਹੈ, ਅਜੈ ਹੈ, ਆਜ਼ਾਦ ਹੈ, ਅਜਨਮ ਹੈ, ਅਭਰਨ ਹੈ, ਅਭੁਤ ਹੈ। ਸਿੰਘ ਸਾਡਾ ਗੱਲ ਕਰਨ ਗਿਆ ਹੋਇਆ, ਹਾਲੇ ਤੱਕ ਆਇਆ ਨਹੀਂ। ਅਕਾਲ ਹੈ, ਅਜਾਲ ਹੈ, ਅਲਾ ਹੈ, ਅਜਾ ਹੈ। ਉਹ ਅਫਸਰ ਖੜਾ ਹੋਇਆ ਜਿਹੜਾ ਵੱਡਾ, ਉਹ ਅਫਸਰ ਉਹ ਵੀ ਪਰੇ ਖੜੇ ਹੋਏ ਨੇ ਸਾਰੇ ਅਫਸਰ, ਕੋਈ ਨਹੀਂ ਹੁੰਦੇ ਮੋਰੇ। ਨਮੋ ਸ਼੍ਰਮਾਣੇ ਸਮਸਤ ਨਮੋ ਦੇਵ ਦੇਵੇ ਪੇਖੇ ਪਵੇ, ਨਮੋ ਕਾਲ ਕਾਲੇ, ਨਮੋ ਸ੍ਰਭ ਪਾਲੇ, ਨਮੋ ਸ੍ਰਭ ਗੌਣੇ, ਨਮੋ ਬਾਣ ਬਾਣੇ, ਨਮੋ ਮਾਨ ਬਾਣੇ, ਨਮੋ ਚੰਦ ਚੰਦੇ, ਨਮੋ ਬਾਣ ਬਾਣੇ, ਨਮੋ ਗੀਤ ਗੀਤੇ, ਨਮੋ ਤਾਨ ਪਾਲੇ, ਨਮੋ। ਬਿਨਾਂ ਸ਼ੱਕ ਇਹਨਾਂ ਸਿੰਘਾਂ ਨੇ ਆਪਣੀ ਜਾਨ ਤਲੀ 'ਤੇ ਧਰ ਕੇ ਉੜੀਸਾ ਸਰਕਾਰ ਨੂੰ ਹੀ ਨਹੀਂ ਬਲਕਿ ਉੱਥੇ ਦੇ ਲੋਕਾਂ ਨੂੰ ਵੀ ਸਿੱਖੀ ਰੀਤਾਂ ਰਿਵਾਜਾਂ ਤੋਂ ਜਾਣੂ ਕਰਵਾ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅੱਗੇ ਉੱਥੋਂ ਦੀ ਸਰਕਾਰ ਸਿਮਰਜੀਤ ਬੈਂਸ ਹੋਰਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਗੁਰਦੁਆਰਾ ਮੰਗੂ ਮੱਠ ਦੀ ਉਸਾਰੀ ਕਿੰਨੀ ਦੇਰ 'ਚ ਕਰਦੀ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।